तुसी जुड़े हो अखर दे नाल ते मैं हाँ नवरीत सिविया। पंजाब च वोटां पै रही, वोटां बहुत कुछ कराउंदियां, वोटां अक्सर असी जिहड़ियां वोटां नूं जाणदे आ उह वंडदियां ते लड़ाउंदियां, पर एक पिंड च खड़े आ इत्थे फिर भी ये वोटां दी इन्नी हिम्मत नहीं हुई कि लोगों लड़ा जाण या तोड़ जाण। लोग सारे कट्ठे खड़े आ, पिंड आ जिहड़ा उह नवजोत कौर लंबी दा ते मेरे नाल इस समय खड़े आ। ठीक हो जी? बहुत वधिया, सारिआं नूं सति श्री अकाल। आ की चक्की फिरदे हो? ਇਹ ਅੱਜ ਮੈਂ ਫਸਟ ਟਾਈਮ ਵੋਟ ਪੋਲ ਕੀਤੀ ਆ, ਮਾਈ ਵੋਟ ਮਾਈ ਪਾਵਰ, ਤਾਂ ਉਹਨਾਂ ਨੇ ਮੈਨੂੰ ਸਰਟੀਫਿਕੇਟ ਆਫ ਐਪਰੀਸ਼ੀਏਸ਼ਨ ਦਿੱਤਾ ਸੀ, ਪਲੱਸ ਇੱਕ ਫਲਾਵਰ ਵੀ ਦਿੱਤਾ ਸੀਗਾ। ਅੱਛਾ ਅੱਛਾ, ਉਹ ਤੇ ਨਹੀਂ ਫਿਰ ਕੀ ਪਹਿਲੀ ਵਾਰ ਵੋਟ ਪਾਈ ਹੈ ਨਾ? ਇਹ ਤਾਂ ਉਹ ਪਹਿਲੀ ਵਾਰ ਵੋਟ ਪਾਉਣ ਤੇ ਮਿਲਦਾ, ਕੀ ਸੋਚ ਕੇ ਪਾਈ? ਬਸ ਮੈਨੂੰ ਲੱਗਦਾ ਜੋ ਕੈਂਡੀਡੇਟ ਸਾਨੂੰ ਲੱਗਦਾ ਕਿ ਸਾਡੇ ਹਲਕੇ ਦਾ ਵਿਕਾਸ ਕਰਨਗੇ, ਕਿਉਂਕਿ ਜੋ ਸਾਡੇ ਹਲਕੇ ਦੇ ਮੁੱਦੇ ਨੇ ਗਰਾਊਂਡ ਦੇ ਨਾਲ ਜੁੜੇ ਹੋਏ ਲੋਕਾਂ ਦੀ ਹਰ ਰੋਜ਼ ਦੀ ਜ਼ਿੰਦਗੀ ਦੇ ਨਾਲ, ਔਰ ਸਾਨੂੰ ਲੋੜ ਹੈ ਅਜਿਹੇ ਆਗੂ ਚੁਣਨ ਦੀ ਜੋ ਸਾਡੇ ਪੰਜਾਬ ਨੂੰ ਸਾਡੇ ਹਲਕਿਆਂ ਨੂੰ ਤਰੱਕੀ ਦੇ ਵੱਲ ਲੈ ਕੇ ਜਾਣ। ਔਰ ਮੈਂ ਤਾਂ ਸਭ ਨੂੰ ਇਹੀ ਕਹਿਣੀ ਹੁੰਦੀ ਹਾਂ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੋ ਤੁਹਾਨੂੰ ਲੱਗਦਾ ਤੁਹਾਡੇ ਹਲਕੇ ਦੀ ਗੱਲ ਕਰਨਗੇ, ਤੁਹਾਡੇ ਜਿੱਦਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਬੜਾ ਵੱਡਾ ਬਣਿਆ ਹੋਇਆ, ਉਸ ਚੀਜ਼ ਨੂੰ ਰੋਕਣਗੇ, ਉਹਨਾਂ ਦਾ ਸਾਥ ਦਿਓ। ਤੁਹਾਡਾ ਪਿੰਡ ਸਾਰਾ ਇਕੱਠੇ ਬੈਠਾ, ਇੰਨੇ ਨੂੰ ਤਾਂ ਡਲੇ ਚਲਾ ਦਿੰਦੇ ਆ ਲੋਕ ਇੱਥੇ, ਆਹ ਅਕਾਲੀ ਕਾਂਗਰਸੀ ਅੰਮ੍ਰਿਤਸਰ ਵਾਲੇ ਸਾਰੇ ਇਕੱਠੇ ਬੈਠੇ ਆ ਜੀ। ਬਿਲਕੁਲ, ਤੁਸੀਂ ਦੇਖੋ ਆਪ ਵਾਲੇ ਵੀ ਆ, ਝਾੜੂ ਵਾਲੇ ਨਾਲ ਹਰਖੇ ਆ, ਅਕਾਲੀ ਦਲ ਦਾ ਉਧਰ ਪਿੱਛੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਦਾ ਬੂਥ ਲੱਗਿਆ ਹੋਇਆ, ਔਰ ਕਾਂਗਰਸ ਦਾ, ਮਤਲਬ ਇਹ ਸਾਡੇ ਪਿੰਡ ਦਾ ਮੈਂ ਕਹਾਂਗੀ ਇੱਕ ਪੋਜ਼ਿਟਿਵ ਪੁਆਇੰਟ ਆ। ਮੈਂ ਬੜੇ ਪਿੰਡਾਂ ਦੇ ਵਿੱਚ ਜਾਂਦੀ ਹਾਂ ਜਿੱਥੇ ਕਿਤੇ ਨਾ ਕਿਤੇ ਸ਼ਾਇਦ ਆਪਾਂ ਇਲੈਕਸ਼ਨਸ ਦਾ ਕਰਕੇ ਜਾਂ ਵੋਟਾਂ ਦਾ ਕਰਕੇ ਪਾਰਟੀਬਾਜ਼ੀ ਨੂੰ ਲੈ ਕੇ ਧੜੇਬੰਦੀਆਂ ਬਣਾ ਲਈਆਂ, ਬਟ ਸਾਡੇ ਪਿੰਡ ਦੇ ਵਿੱਚ ਇੱਦਾਂ ਨਹੀਂ। ਔਰ ਮੈਂ ਸਭ ਨੂੰ ਇਹੀ ਕਹਿਣਾ ਚਾਹਾਂਗੀ, ਦੇਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਅੱਜ ਖਤਮ ਵੀ ਹੋ ਗਈਆਂ ਵੋਟਾਂ, ਪਰ ਸਾਡੀ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹਿਣੀ ਚਾਹੀਦੀ, ਕਿਉਂਕਿ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਲੀਡਰਾਂ ਨੇ ਨਹੀਂ ਖੜਨਾ ਗਾ, ਸਾਡੇ ਆਪਦਿਆਂ ਨੇ ਖੜਨਾ, ਜੋ ਸਾਡੇ ਆਂਢ ਗੁਆਂਢੀ ਨੇ, ਸਾਡੇ ਸਕੇ ਸੰਬੰਧੀ ਨੇ। ਸੋ ਵੋਟ ਪਾਉਣਾ ਹਰ ਕਿਸੇ ਦਾ ਨਿੱਜੀ ਅਧਿਕਾਰ ਹੈ, ਪਰ ਵੋਟਾਂ ਨੂੰ ਲੈ ਕੇ ਆਪਦੀ ਭਾਈਚਾਰਕ ਸਾਂਝ ਕਦੇ ਵੀ ਖਰਾਬ ਨਾ ਕਰੋ। ਵਾਲੀ ਤੁਹਾਡਾ ਪਿੰਡ ਹੈ ਜਿਹੜਾ, ਇਹ ਐਤਕੀ ਐ ਹੋਇਆ ਕਿ ਪਹਿਲਾਂ ਵੀ ਐ ਹੁੰਦਾ? ਨਹੀਂ, ਸਾਡੇ ਪਹਿਲਾਂ ਵੀ ਇਦਾਂ ਹੀ ਹੁੰਦਾ, ਜਦੋਂ 2019 ਦੇ ਇਲੈਕਸ਼ਨ ਹੋਏ ਸੀਗੇ, ਉਸ ਤੋਂ ਪਹਿਲਾਂ 2017 ਦੇ ਇਲੈਕਸ਼ਨ ਹੋਏ ਸੀ, ਮੈਂ ਵੋਟ ਤਾਂ ਨਹੀਂ ਚਲੋ ਉਸ ਵਕਤ ਪਾ ਸਕਦੀ ਸੀ, ਮੈਂ ਇੱਥੇ ਬੂਥ ਲਗਾਇਆ ਸੀਗਾ, ਤਾਂ ਉਦੋਂ ਵੀ ਇਦਾਂ ਦਾ ਹੀ ਮਾਹੌਲ ਸੀਗਾ, ਅਸੀਂ ਸਾਰੇ ਇੱਥੇ ਹੀ ਬੈਠੇ ਹੋਏ ਸੀਗੇ ਲਾਈਨ ਦੇ ਵਿੱਚ ਥੜੇ ਥੜੇ ਤੇ ਸਾਰੇ ਜਾਣੇ, ਮਤਲਬ ਇਹ ਮੈਂ ਦੋ ਇਲੈਕਸ਼ਨਸ ਦੇਖੇ ਹੋਏ ਨੇ, ਤਾਂ ਇਦਾਂ ਦਾ ਹੀ ਮਾਹੌਲ ਰਿਹਾ ਹੈਗਾ ਸਾਡੇ ਪਿੰਡ ਦਾ। ਵੈਸੇ ਚੰਗੀ ਗੱਲ ਆ ਜੀ, ਬਿਲਕੁਲ। ਬਾਕੀ ਤੁਸੀਂ, ਮੈਂ ਕਹਾਂਗੀ ਸਭ ਦੇ ਵਿਚਾਰ ਲਓ ਕੀ ਕਹਿੰਦੇ ਨੇ। ਨਹੀਂ ਠੀਕ ਆ, ਸਾਰਿਆਂ ਨਾਲ ਗੱਲ ਕਰਨ ਦਾ ਅੱਜ, ਕਿਉਂਕਿ ਸਾਨੂੰ ਵੀ ਐਂ ਕਿ ਛੇਤੀ ਛੇਤੀ ਚੀਜ਼ਾਂ ਚੱਲਣ, ਉਹ ਫਿਰ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਇਹ ਸਨ ਨਵਜੋਤ ਕੌਰ ਲੰਬੀ ਅਤੇ ਪਿੰਡ ਖਿਓ ਵਾਲੀ ਅਸੀਂ ਖੜ੍ਹੇ ਸੀ ਜਿੱਥੇ ਤੁਹਾਨੂੰ ਦਿਖਾ ਰਹੇ ਸੀ। ਇਕੱਠੇ ਰਹਿਣਾ ਬਾਈ, ਵੋਟਾਂ ਦਾ ਇੱਕ ਵਾਰੀ ਆਉਂਦੀਆਂ 5 ਸਾਲਾਂ 'ਚੋਂ, ਬਾਅਦ 'ਚੋਂ ਲੋਕਾਂ ਨੇ ਵਰਤਣਾ ਹੁੰਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।